ਪੜ੍ਹਾਈ ਦੇ ਵਾਧੂ ਬੋਝ ਨੇ ਬੱਚਿਆਂ ਦੇ ਮਾਨਸਿਕ ਦਬਾਅ ਵਧਾ ਦਿੱਤਾ ਹੈ, ਜਿਹਦੇ ਸਦਕਾ ਅੱਜ ਬੱਚੇ ਖੁਦਕੁਸ਼ੀਆਂ ਦੇ ਰਾਹ ਤੇ ਚੱਲ ਪਏ ਹਨ। ਇਸ ਸਾਲ ਵੀ 10ਵੀਂ ਤੇ 12ਵੀਂ ਤੇ ਹੋਰਾਂ ਕਲਾਸਾਂ ਦੇ ਨਤੀਜਿਆਂ ਵਿੱਚੋਂ ਫੇਲ ਹੋਣ ਤੇ ਜਾਂ ਉਮੀਦ ਦੇ ਮੁਤਾਬਿਕ ਨਤੀਜੇ ਆਉਣ ਤੇ ਸਕੂਲੀ ਬੱਚਿਆਂ ਵੱਲੋਂ ਆਤਮ ਹੱਤਿਆ ਕੀਤੀਆਂ ਜਾ ਰਹੀਆਂ, ਜਿਸ ਨੂੰ ਰੋਕਣ ਲਈ ਸਾਰਿਆਂ ਨੂੰ ਵੱਖਰੀ ਕੋਸ਼ਿਸ਼ ਕਰਨੀ ਪਵੇਗੀ। ਕੁਝ ਅਜਿਹਾ ਹੀ ਨਾਭਾ ਵਿਖੇ ਵੇਖਣ ਨੂੰ ਮਿਲਿਆ, ਜਿੱਥੇ 10ਵੀਂ ਵਿੱਚੋਂ ਫੇਲ ਹੋਣ ਤੇ 16 ਸਾਲ ਦੀ ਪੂਜਾ ਨਾਮ ਦੀ ਲੜਕੀ ਨੇ ਆਪਣੇ ਹੀ ਘਰ ਵਿੱਚ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਨਾਲ ਕੇਵਲ ਮ੍ਰਿਤਿਕਾ ਦਾ ਪਰਿਵਾਰ ਬਲਕਿ ਪੂਰਾ ਇਲਾਕਾ ਹੀ ਗਹਿਰੇ ਸਦਮੇ ਵਿੱਚ ਹੈ। ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਆਏ ਸਨ, ਜਿਸ ਨੂੰ ਕਿ ਵੱਡੀ ਗਿਣਤੀ ਵਿੱਚ ਬੱਚੇ ਫੇਲ ਹੋਏ ਅਤੇ ਰੀਪੇਅਰ ਆਈ। ਪੂਜਾ ਵੀ ਘਰੋਂ ਬਹੁਤ ਹੀ ਖੁਸ਼ੀ ਨਾਲ ਆਪਣਾ ਨਤੀਜਾ ਵੇਖਣ ਗਈ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਫੇਲ ਹੋ ਗਈ ਹੈ ਤਾਂ ਉਸਦੇ ਮਨ ਨੂੰ ਇੱਕ ਗਹਿਰਾ ਸਦਮਾ ਲੱਗਾ। ਮੰਗਲਵਾਰ ਸ਼ਾਮ ਨੂੰ ਪੂਜਾ ਨੇ ਘਰ ਵਿੱਚ ਕੋਈ ਦਵਾਈ ਖਾ ਕੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਉਸਨੇ ਫੇਲ ਹੋਣ ਕਰਕੇ ਦਵਾਈ ਖਾ ਲਈ ਹੈ, ਜਿਸ ਦੇ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਨੂੰ ਗੰਭੀਰ ਦੇਖ ਕੇ ਪਟਿਆਲਾ ਰੈਫਰ ਕਰ ਦਿੱਤਾ ਅਤੇ ਦੇਰ ਸ਼ਾਮ ਪੂਜਾ ਨੇ ਦਮ ਤੋੜ ਦਿੱਤਾ। ਅਸੀਂ ਉਸ ਸਕੂਲ ਚਲੇ ਆਏ ਜੀ 12 ਵਜੇ। 12 ਵਜੇ ਆਏ, ਉਹਨੇ ਆ ਕੇ ਅੰਦਰ ਆਪਣੇ, ਮੈਂ ਬਾਹਰ ਕਮਰੇ ਵਾਲੇ ਬੈਠ ਗਿਆ, ਉਹ ਅੰਦਰ ਕਮਰੇ ਬੈਠ ਗਈ। ਹੁਣ ਪਤਾ ਨਹੀਂ ਕੀ ਖਾਇਆ ਉਹਨੇ। ਹਾਂ, ਉਹਨੇ ਕੁਛ ਦੱਸੀ ਨਹੀਂ ਕਿ ਮੈਂ ਫੇਲ ਹੈ ਕਿ ਪਾਸ ਹੈ, ਕੁਛ ਸਾਨੂੰ ਨਹੀਂ ਦੱਸਿਆ, ਆਪਣੀ ਮੰਮੀ ਨੇ ਦੱਸੀ ਕਿ ਮੰਮੀ ਮੈਂ ਫੇਲ ਹੈ, ਔਰ ਕੀ ਨਾ ਹੈਗਾ ਆਪਣਾ ਗੋਲੀਆਂ ਖਾ ਲਈਆਂ, ਦਵਾਈ ਖਾ ਲਿੱਤੀ। ਮਛਾਈ ਵੀ ਪੂਜਾ ਡਾਟਰ ਆਫ ਰਜੇਸ਼ ਕੁਮਾਰ, ਆਸਾ ਕਲੋਨੀ, ਲੋਰਾਂ ਕਲਾਂ, ਕੋਈ ਪੋਇਜ਼ਨਿੰਗ ਕਰਕੇ ਦਾਖਲ ਹੋਈ ਹੈ, ਜਿਹਨੂੰ ਆਰ ਐੱਚ ਪਟਿਆਲਾ ਦਾਖਲ ਰੈਫਰ ਕੀਤਾ ਗਿਆ ਸੀ। ਅਤੇ ਉਸ ਸੰਬੰਧ 'ਚ ਉਹਦੇ ਫਾਦਰ ਦਾ ਬਿਆਨ ਲਿਖਿਆ ਗਿਆ, ਜਿਹਨਾਂ ਨੇ ਦੱਸਿਆ ਵੀ ਲੜਕੀ ਜਿਹੜੀ ਪੂਜਾ 10ਵੀਂ ਕਲਾਸ ਦੇ ਪੇਪਰ ਦਿੱਤੇ ਹੋਏ ਸੀ, ਸੁਨੀਲ ਚੈਂਡੀ ਸਕੂਲ ਲੜਕੀਆਂ ਨਾਭਾ ਵਿਖੇ ਪੜ੍ਹਦੀ ਸੀਗੀ, ਉਹ ਕੱਲ੍ਹ ਉਹਦਾ ਰਿਜ਼ਲਟ ਆਇਆ ਸੀ 10ਵੀਂ 'ਚ, ਜਿਸ 'ਚ ਉਹ ਫੇਲ ਹੋ ਗਈ ਸੀ। ਉਸਨੇ ਘਰ ਆ ਕੇ ਕੋਈ ਆਪਣੀ ਦਵਾਈ ਪੀ ਲਈ ਕੋਈ ਜ਼ਹਿਰੀਲੀ, ਉਹਦੇ ਮਾਂ ਬਾਪ ਨੇ ਉਹਨੂੰ ਦਾਖਲ ਕਰਾਇਆ, ਜਿਹਦੀ ਦੌਰਾਨ ਇਲਾਜ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੱਚਿਆਂ ਵੱਲੋਂ ਇਸ ਤਰ੍ਹਾਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੇ ਜਿੱਥੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਦਾ ਪੱਧਰ ਬਿਆਨ ਕਰ ਰਿਹਾ ਹੈ, ਉੱਥੇ ਹੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਦੇ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ ਵੀ ਵਿਖਾਉਂਦਾ ਹੈ। ਅੱਜ ਅਸੀਂ ਬੱਚਿਆਂ ਨੂੰ ਵਧੀਆ ਨੰਬਰ ਲੈ ਕੇ ਆਉਣ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਹਾਂ, ਜਿਸ ਦਾ ਨਤੀਜਾ ਇਹ ਹੈ ਕਿ ਸਕੂਲੀ ਵਿਦਿਆਰਥੀਆਂ ਦੇ ਨਤੀਜੇ ਨਾ ਆਉਣ ਤੇ ਉਹ ਅਜਿਹੇ ਕਦਮ ਚੁੱਕਦੇ ਹਨ। ਸਾਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਅਤੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਪੜ੍ਹਨ ਲਈ ਕਹਿਣ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ ਦੇ ਲਈ।